वाहिगुरु जी का खालसा, वाहिगुरु जी की फतेह। जिहड़ी अज आपां गलबात करनी है वो MOU जिहड़ा साइन किया पंजाब गवर्नमेंट दे भगवंत मान ने दिल्ली दी गवर्नमेंट दे नाल, उहदे सिलसिले च गलबात है कि वो एक्चुअल च है कि ते वो किन्ना खतरनाक है पंजाब दे भविख वास्ते। जिहड़ी बची खुची पंजाब दे कोल राइट या स्टेट दे कोल जिहड़े ऑलरेडी बहुत घट आ, तो सेंटर ने पावर सेंट्रलाइज करके पिछले काफ़ी लंबे समय से वो सारे राइट खोए हुए आ, तो उहदे च जिहड़े बचे खुचे थोड़े बहुते राइट सी वह भी भगवंत मान ने साइन करके तो पंजाब की जिहड़ी तकदीर आ वह दिल्ली दे हत्थां च देती है। MOU मैं इत्थे एक पिक्चर ऐड कर दिंदा। आ जिहड़ी पिक्चर है तुसीं पढ़ सकते जो भी इहदे च लिखिया है कि गवर्नमेंट जिहड़ी आ वह एग्री करती है एक दूजे नाल इनफॉर्मेशन शेयर करन नूं। हुण कई बंदे कहणगे भी जिहड़ी इनफॉर्मेशन है वह कोई एडी वड्डी चीज़ नहीं, भी देखो जी वह वैसे भी पता हुंदी है। वो इनफॉर्मेशन दे मसला यह है भी जिहड़ी इनफॉर्मेशन सेंसिटिव हुंदी है स्टेटां जदों लिंग्विस्टिक जदों पंजाब 1947 च भारत सो कॉल्ड आजादी नूं मिली है गोरे छड के गए ने, ਉਹ ਤੋਂ ਬਾਅਦ 'ਚ ਜਿਹੜੀ ਲਿੰਗੁਇਸਟਿਕ ਬੇਸਿਸ ਸੀ ਮਤਲਬ ਭਾਸ਼ਾ ਆਧਾਰ ਦੇ ਉੱਤੇ ਬੋਲੀ ਦੇ ਆਧਾਰ ਦੇ ਉੱਤੇ ਸੂਬਿਆਂ ਦੀ ਵੰਡ ਹੋਈ ਹੈ। ਹੁਣ ਜਿਹੜੀ ਸੂਬਿਆਂ ਦੀ ਵੰਡ ਬੋਲੀ ਦੇ ਆਧਾਰ 'ਤੇ ਹੋ ਗਈ ਹੈ ਉਹਦੇ ਵਿੱਚ ਪਹਿਲਾਂ ਤਾਂ ਪੰਜਾਬ ਨੂੰ ਉਹਨਾਂ ਨੇ ਰਾਈਟ ਨਹੀਂ ਦਿੱਤਾ, ਜਿੱਥੇ ਬਾਕੀ ਸਟੇਟਾਂ ਸਾਰੀਆਂ ਬੋਲੀ ਦੇ ਆਧਾਰ 'ਤੇ ਬਣ ਗਈਆਂ ਪੰਜਾਬ ਨੂੰ ਉਹਨਾਂ ਨੇ ਇਸ ਰਾਈਟ ਤੋਂ ਵਾਂਝੇ ਰੱਖਿਆ। ਜਦੋਂ ਲੰਮਾ ਸੰਘਰਸ਼ ਕਰਕੇ ਸਿੱਖਾਂ ਨੇ ਅਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਅਤੇ ਪੰਜਾਬੀ ਸੂਬਾ ਲਿਆ, ਉਹਦੇ ਤੋਂ ਬਾਅਦ 'ਚ ਉਹਨਾਂ ਨੇ ਜਿਹੜਾ ਵਾ ਪੰਜਾਬ ਨੇ ਇੱਕ ਸੂਬੀ ਦੇ ਰੂਪ ਦੇ ਵਿੱਚ ਇੱਕ ਪੰਜਾਬ ਦਿੱਤਾ ਅਤੇ ਉਹਦੀ ਜਿਹੜੀ ਕੈਪੀਟਲ ਹੈ ਉਹ ਵੀ ਉਹਨਾਂ ਨੇ ਕਨਫਲਿਕਟ 'ਚ ਰੱਖ ਦਿੱਤੀ ਹਰਿਆਣੇ ਦੇ ਪੰਜਾਬ ਦੇ ਵਿੱਚ। ਜਿਹੜੀ ਇੰਡਸਟਰੀ ਹਰਿਆਣੇ 'ਚ ਚੱਲ ਗਈ ਅਤੇ ਜਿਹੜਾ ਟੂਰਿਜ਼ਮ ਸਾਰਾ ਸੀ ਉਹ ਹਿਮਾਚਲ ਦੇ ਵਿੱਚ ਜਾ ਪੜਿਆ, ਪੰਜਾਬ ਕੋਲੋਂ ਐਗਰੀਕਲਚਰ ਰਹਿ ਗਿਆ ਸਿਰਫ। ਉਹਦੇ 'ਚ ਵੀ ਉਹਨਾਂ ਨੇ ਕੀ ਕੀਤਾ ਵੀ ਐਸੀਆਂ ਫਸਲਾਂ 'ਤੇ MSP ਦੇ ਕੇ ਪੰਜਾਬ ਦਾ ਜਿਹੜਾ ਪਾਣੀ ਸੀ ਪਾਣੀ ਖੋਹ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਅਤੇ ਪੰਜਾਬ ਨੂੰ ਗਰਾਊਂਡ ਵਾਟਰ ਵਰਤ ਕੇ ਅਤੇ ਝੋਨਾ ਲਾਉਣ 'ਤੇ ਮਜਬੂਰ ਕੀਤਾ ਅਤੇ ਸਾਰਾ ਗਰਾਊਂਡ ਦਾ ਵਾਟਰ ਜਿਹੜਾ ਅੱਜ ਪੰਜਾਬ ਡੇਂਜਰਸ ਜ਼ੋਨ ਵੀ ਪਾਰ ਕਰ ਚੁੱਕਾ ਹੈ, ਜਿੱਥੇ ਇੱਕ ਖਤਰੇ ਦਾ ਨਿਸ਼ਾਨ ਹੁੰਦਾ ਹੈ ਨਾ ਵੀ ਇਹਤੋਂ ਅੱਗੇ ਹੁਣ ਖਤਰਾ ਹੈ, ਪੰਜਾਬ ਹੁਣ ਉਹ ਵੀ ਪਾਰ ਕਰ ਚੁੱਕਾ ਹੈ। ਸੋ ਜਿਹੜਾ ਵਾ ਹੁਣ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਵੀ ਜਿਹੜਾ MOU ਸਾਈਨ ਕੀਤਾ ਵੀ ਇਹਦੇ ਨਾਲ ਕੀ ਫਰਕ ਪਊਗਾ। ਜਦੋਂ ਲਿੰਗੁਇਸਟਿਕ ਬੇਸਿਸ 'ਤੇ ਸਟੇਟਾਂ ਬਣੀਆਂ ਨੇ ਉਦੋਂ ਇਹਦਾ ਮਤਲਬ ਇਹ ਆ ਵੀ ਸਟੇਟ ਜਦੋਂ ਬਣਦੀ ਹੈ ਕੋਈ ਇੱਕ ਮੁਲਕ ਦੇ ਵਿੱਚ ਵੱਖ ਵੱਖ ਸਟੇਟਾਂ ਨੇ ਉਹ ਤਾਂ ਹੀ ਬਣਦੀਆਂ ਵੀ ਜਾਂ ਤਾਂ ਉੱਥੇ ਬੋਲੀ ਵੱਖ ਹੈ, ਕਲਚਰ ਵੱਖ ਹੈ, ਧਰਮ ਵੱਖ ਹੈ, ਅਤੇ ਇੱਕ ਯੂਨੀਅਨ ਆਫ ਸਟੇਟਸ ਦੇ ਵਿੱਚ ਜਿਹੜੀ ਪੰਜਾਬ ਦੀ ਜਿਹੜੀ ਪੋਜੀਸ਼ਨ ਹੈ ਉਹ ਡਿਫਰੈਂਟ ਹੈ। ਸੋ ਸਾਨੂੰ ਇਹ ਜਿਹੜੀ ਸੋਚਣਾ ਚਾਹੀਦਾ ਵੀ ਪੰਜਾਬ ਇੱਕ ਯੂਨੀਕ ਸੂਬਾ ਹੈ, ਇੱਥੇ ਇੱਕ ਵੱਖਰਾ ਕਲਚਰ ਹੈ, ਇਹ ਬਾਕੀ ਹਿੰਦੁਸਤਾਨ ਦੇ ਸੂਬਿਆਂ ਨਾਲੋਂ ਜਿਹੜਾ ਵਾ ਉਹ ਵੱਖਰਾ ਹੋਣ ਦੇ ਕਰਕੇ ਇਹਦੀ ਇੱਕ ਜਿਹੜੀ ਪੋਜੀਸ਼ਨ ਹੈ ਉਹ ਡਿਫਰੈਂਟ ਹੈ। ਸੋ ਹੁਣ ਕੀ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਜਿਹੜੇ ਸਟੇਟਾਂ ਦੇ ਰਾਈਟ ਸੀ ਉਹਨਾਂ ਦੇ ਉੱਤੇ ਕੰਸਟੀਟਿਊਸ਼ਨ ਨੂੰ ਅਮੈਂਡ ਕਰਕੇ ਹੌਲੀ ਹੌਲੀ, ਪਹਿਲਾਂ ਹੀ ਬਹੁਤ ਘੱਟ ਫੈਡਰਲ ਸਟਰਕਚਰ ਵੈਸੇ ਹੀ ਇੰਡੀਅਨ ਕੰਸਟੀਟਿਊਸ਼ਨ 'ਚ ਬਹੁਤ ਘੱਟ ਹੈ, ਪਰ ਜਿਹੜਾ ਮਾੜਾ ਮੋਟਾ ਹੈਗਾ ਹੈ ਉਹ ਵੀ ਉਹਨਾਂ ਨੇ ਹੌਲੀ ਹੌਲੀ ਅਮੈਂਡਮੈਂਟਸ ਕਰਕੇ 150-200 ਅਮੈਂਡਮੈਂਟਸ ਉਹ ਕਰ ਚੁੱਕੇ ਨੇ ਅਤੇ ਉਹ ਕਰਕੇ ਅਤੇ ਉਹਨਾਂ ਨੇ ਸਟੇਟਸ ਕੋਲੋਂ ਰਾਈਟ ਖੋਹਣੇ ਸ਼ੁਰੂ ਕਰਤੇ, ਜਿਵੇਂ ਰਿਪੇਰੀਅਨ ਲਾਅ ਹੈ, ਜਿੱਦਾਂ ਹੁਣ ਆਪਾਂ ਪਿੱਛੇ ਜਿਹੇ ਐਜੂਕੇਸ਼ਨ ਦੀ ਗੱਲ ਕੀਤੀ ਸੀ ਵੀ ਪੰਜਾਬ ਦੇ ਵਿੱਚ ਜਿਹੜਾ ਸਾਰਾ ਇਤਿਹਾਸ ਪੜ੍ਹਾਇਆ ਜਾ ਰਿਹਾ ਉਹਦੇ 'ਚ ਪੰਜਾਬ ਦਾ ਇਤਿਹਾਸ ਕੋਈ ਵੀ ਨਹੀਂ ਹੈਗਾ, ਉਹਦੇ 'ਚ ਦਿੱਲੀ ਦਾ, ਬੰਬੇ ਦਾ, ਹੋਰ ਪਾਸਿਆਂ ਦੇ ਇਤਿਹਾਸ ਜਿਹੜੇ ਉਹ ਪੜ੍ਹਾਏ ਜਾ ਰਹੇ ਆ। ਉਹ ਕਿਉਂ ਪੜ੍ਹਾਏ ਜਾਂਦੇ ਆ? ਕਿਉਂਕਿ ਜਿਹੜਾ ਪੰਜਾਬ ਬੋਰਡ ਹੈ ਜਿਹਨੇ ਐਜੂਕੇਸ਼ਨ ਨੂੰ ਇਹ ਤੈਅ ਕਰਨਾ ਵੀ ਸਾਡੀ ਸਟੇਟ 'ਚ ਕੀ ਪੜ੍ਹਾਇਆ ਜਾਣਾ, ਇਹ ਪਿੱਛੇ ਉਹਨਾਂ ਨੇ ਕਾਫ਼ੀ ਲੰਮਾ ਸਮਾਂ ਪਹਿਲਾਂ ਇਹ ਬੰਦ ਕਰਕੇ ਅਤੇ NCERT ਜਿਹੜਾ ਉਹ ਸ਼ੁਰੂ ਕਰ ਦਿੱਤਾ। ਉਹਦੇ ਨਾਲ ਹੋਇਆ ਕਿ ਵੀ ਜਿਹੜਾ ਨੈਸ਼ਨਲਿਜ਼ਮ ਦਾ ਏਜੰਡਾ ਹੈ ਉਹਨੂੰ ਪੁਸ਼ ਕਰਨ ਵਾਸਤੇ ਜਿਹੜੇ ਨੈਸ਼ਨਲ ਬੰਦੇ ਆ, ਜਿਹੜੇ ਉਹਨਾਂ ਦੇ ਕੋਈ ਮਾਹਰ ਆ ਬੰਦੇ, ਉਹਨਾਂ ਨੇ ਇਹ ਵੇਖਿਆ ਵੀ ਅਸੀਂ ਪੰਜਾਬ ਦੀ ਜਿਹੜੀ ਵੱਖਰੀ ਯੂਨੀਕ ਅਤੇ ਵਿਲੱਖਣ ਆਇਡੈਂਟੀ ਆ ਉਹਨੂੰ ਖਤਮ ਕਰਨ ਲਈ ਐਸਾ ਸਿਲੇਬਸ ਤਿਆਰ ਕਰਨਾ ਜਿਹੜੇ ਇਹਨਾਂ ਦੇ ਬੱਚੇ ਪੜ੍ਹ ਕੇ ਅਤੇ ਵੱਡੇ ਹੋ ਕੇ ਆਪਣੇ ਕਲਚਰ ਨਾਲੋਂ ਟੁੱਟ ਜਾਣ, ਹੈ ਨਾ। ਅਤੇ ਉਹਦਾ ਜਿਹੜਾ ਵਾ ਇਹ ਸਾਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ। ਹੁਣ ਹੋਇਆ ਕੀ ਰਿਹਾ ਵਾ ਵੀ ਜਿਹੜੇ ਪੰਜਾਬ ਕੋਲੋਂ ਪਹਿਲਾਂ ਹੀ ਕੋਈ ਕਿਸਮ ਦੀ ਪਾਵਰ ਨਹੀਂ ਹੈਗੀ ਆਪਣੇ ਡਿਸੀਜਨਸ ਲੈਣ ਦੀ, ਹੈ ਨਾ, ਉਹਦੇ ਵਿੱਚ ਭਗਵੰਤ ਮਾਨ ਦੀ ਜਦੋਂ ਸਰਕਾਰ ਆਈ ਸੀ ਉਹ ਤੋਂ ਪਹਿਲਾਂ ਵੀ ਸ਼ਹੀਦ ਭਾਈ ਦੀਪ ਸਿੱਧੂ, ਸੰਦੀਪ ਸਿੰਘ ਸਿੱਧੂ ਨੇ ਵਾਰਨਿੰਗ ਦਿੱਤੀ ਸੀ ਅਤੇ ਸ਼ਹੀਦਾਂ ਦੇ ਬੋਲ ਕਦੇ ਜਾਈ ਨਹੀਂ ਜਾਂਦੇ, ਉਹਨਾਂ ਦੀ ਵਾਰਨਿੰਗ ਸੀ ਵੀ ਇਹ ਇੱਕ ਸਮਾਂ ਆਊਗਾ ਵੀ ਤੁਸੀਂ ਬਿਆਨਤੇ ਬੁੱਚੜ ਨੂੰ ਭੁੱਲ ਜਾਓਗੇ, ਭਗਵੰਤ ਮਾਨ ਐਸੀ ਪੰਜਾਬ ਦੇ ਨਾਲ ਧੱਕੇ ਕਰੇਗਾ। ਹੋਇਆ ਵੀ ਇਹੋ ਹੀ ਵੀ ਭਗਵੰਤ ਮਾਨ ਜਿਹੜਾ ਸੀ ਉਹਨੇ ਪਹਿਲੇ ਦਿਨ ਤੋਂ ਹੀ ਆਪਣੀ ਪੋਜੀਸ਼ਨ ਇੰਨੀ ਕੁ ਵੀਕ ਰੱਖੀ ਵੀ ਉਹ ਪਹਿਲੇ ਦਿਨ ਤੋਂ ਹੀ ਦਿੱਲੀ ਦੇ ਅੱਗੇ ਜਿਹੜਾ ਵਾ
ਉਹ ਕੋਟਾ ਹੋਇਆ ਫਿਰਦਾ ਹੈ, ਉਹ ਦਿੱਲੀ ਦੇ ਅੱਗੇ ਸਿਰ ਝੁਕਾ ਕੇ ਬੈਠਾ ਹੈ। ਜਿਹੜਾ ਫੈਸਲਾ ਕੇਜਰੀਵਾਲ ਕਰ ਦਿੰਦਾ ਹੈ, ਰਾਘਵ ਚੱਡਾ ਕਰ ਦਿੰਦਾ ਹੈ, ਭਗਵੰਤ ਮਾਨ ਚੂ ਨਹੀਂ ਕਰਦਾ। ਪੰਜਾਬ ਦੇ ਜਦੋਂ ਇਹਨਾਂ ਨੇ ਰਾਜ ਸਭਾ ਦੇ ਮੈਂਬਰ ਲਾਉਣੇ ਸੀ, ਰਾਜ ਸਭਾ ਦੇ, ਉਹ ਪੰਜਾਂ ਮੈਂਬਰਾਂ ਦੇ ਵਿੱਚੋਂ ਪੰਜੇ ਹੀ ਮੈਂਬਰ ਜਿਹੜੇ ਸੀ ਗੈਰ ਪੰਜਾਬੀ ਸੀ, ਜੇ ਇੱਕ ਅੱਧਾ ਪੰਜਾਬੀ ਹੈਗਾ ਸੀ ਤੇ ਉਹ ਬੰਦਾ ਸੀ ਜਿਹਨੇ ਕਿਸਾਨੀ ਮੋਰਚੇ ਦੇ ਦੌਰਾਨ, ਜਿਹੜਾ ਆਪਣਾ ਕ੍ਰਿਕਟਰ ਹੈ ਹਰਭਜਨ ਸਿੰਘ, ਉਹਨੇ ਕਿਸਾਨੀ ਮੋਰਚੇ ਦੇ ਦੌਰਾਨ ਕਿਸਾਨਾਂ ਦਾ ਵਿਰੋਧ ਕੀਤਾ ਸੀ, ਹੱਕ 'ਚ ਕੁਛ ਵੀ ਨਹੀਂ ਸੀ ਲਿਖਿਆ। ਸੋ ਸਾਨੂੰ ਇਹ ਚੀਜ਼ ਅੰਡਰਸਟੈਂਡ ਕਰਨੀ ਚਾਹੀਦੀ ਹੈ ਵੀ ਪਹਿਲੇ ਦਿਨ ਤੋਂ ਹੀ ਜਿਹੜੀ ਇਹ ਸਰਕਾਰ ਬਣੀ ਹੈ ਨਾ, ਉਹਨਾਂ ਨੂੰ ਇਹ ਪਤਾ ਵੀ ਜੇ ਸਿੱਧਾ ਅਸੀਂ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਪੰਜਾਬ ਦੇ ਵਿੱਚ ਤਾਂ ਹੋਊਗਾ ਕਿ ਇਹ ਲੋਕ ਰਜਿਸਟ ਕਰਨਗੇ, ਇਹ ਲੋਕਾਂ ਨੂੰ ਪਤਾ ਲੱਗ ਜਾਊ ਵੀ ਦਿੱਲੀ ਸਾਡੇ 'ਤੇ ਡਾਇਰੈਕਟਲੀ ਕਾਬਜ਼ ਹੋ ਚੁੱਕੀ ਹੈ। ਪਰ ਉਹਨਾਂ ਨੇ ਇੱਕ ਤਰੀਕਾ ਖੋਜਿਆ ਵੀ ਇਹਨੂੰ ਬਦਲ ਦਾ ਨਾਂ ਦੇ ਦਿਓ ਅਤੇ ਪੰਜਾਬ 'ਚ ਐਸਾ ਵੀਕ ਲੀਡਰ ਅੱਗੇ ਲੈ ਕੇ ਆਓ ਜਿਹਦੀ ਲੱਕ ਦੀ ਰੀੜ ਦੀ ਹੱਡੀ ਹੈ ਹੀ ਨਹੀਂ, ਅਤੇ ਉਹ ਦਿੱਲੀ ਦੇ ਅੱਗੇ ਮਤਲਬ ਦਿੱਲੀ ਦੇ ਹਰ ਫੈਸਲੇ ਨੂੰ ਜੀ ਹਜ਼ੂਰੀ ਕਰਕੇ ਮੰਨੇ। ਉਹ ਭਗਵੰਤ ਮਾਨ, ਕਿਉਂਕਿ ਭਗਵੰਤ ਮਾਨ ਦੇ ਵਿੱਚ ਬਹੁਤ ਕਮੀਆਂ ਨੇ, ਇਹ ਸ਼ਰਾਬੀ ਵੀ ਹੈ, ਹੁਣ ਇਹਦਾ ਪੁਰਾਣਾ ਤੁਸੀਂ ਸਾਰਾ ਕੱਢ ਕੇ ਦੇਖ ਲਓ, ਇਹਨੇ ਆਪਣੀ ਪੁਜੀਸ਼ਨ ਬਚਾਉਣ ਲਈ, ਕੁਰਸੀ ਬਚਾਉਣ ਲਈ ਬਹੁਤ ਜਿਹੜੇ ਚੰਗੇ ਇਹਨਾਂ ਦੀ ਪਾਰਟੀ 'ਚ ਬੰਦੇ ਸੀ ਉਹਨਾਂ ਨੂੰ ਬਾਹਰ ਕੱਢਿਆ। ਇਹਨੇ ਪੰਜਾਬ ਦੇ ਹੱਕਾਂ 'ਚ ਕਦੇ ਸਟੈਂਡ ਨਹੀਂ ਲਿਆ, ਇਹਨੇ ਪੰਜਾਬ ਦੇ ਜਿਹੜੀ ਮੰਗਾਂ ਨੇ, ਕੋ ਵੱਧ ਅਧਿਕਾਰਾਂ ਦੀ ਗੱਲ ਹੈ, ਪੰਜਾਬ ਦੇ ਪਾਣੀਆਂ ਦਾ ਮਸਲਾ ਹੈ, ਪੰਜਾਬ ਦੀ ਨੌਜਵਾਨੀ 'ਤੇ ਹੋਰ ਹੈ ਜ਼ੁਲਮਾਂ ਦੀ ਦਾਸਤਾਨ ਹੈ, ਇਹਨੇ ਕਦੀ ਉਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ। ਇਹ ਧਰਮੀ ਵੀ ਆ ਬੰਦਾ, ਇਹ ਧਰਮ ਨੂੰ ਵੀ ਬਹੁਤੇ ਮਾਇਨੇ ਨਹੀਂ ਦਿੰਦਾ, ਕਿਉਂਕਿ ਇਹ ਦੋ ਘਟਨਾਵਾਂ ਵਾਪਰ ਚੁੱਕੀਆਂ ਨੇ ਭਗਵੰਤ ਮਾਨ ਦੇ ਮੁਤਲਕ। ਇੱਕ ਤਾਂ ਬਰਗਾੜੀ ਦੇ ਵਿੱਚ ਜਦੋਂ ਇਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਸ਼ਰਾਬ ਪੀ ਕੇ ਪਹਿਲੀ ਵਾਰ ਗਿਆ ਸੀ, ਹੁਣ ਦੂਜੀ ਘਟਨਾ ਫਿਰ ਵਾਪਰੀ ਹੈ। ਉਹਨਾਂ ਨੇ ਦੋ ਪਾਲਿਸੀਆਂ ਵਰਤੀਆਂ ਨੇ ਦਿੱਲੀ ਦੇ ਲੀਡਰਾਂ ਨੇ, ਇੱਕ ਤਾਂ ਉਹਨਾਂ ਪਹਿਲਾਂ ਭਗਵੰਤ ਮਾਨ ਨੂੰ ਪ੍ਰਮੋਟ ਕੀਤਾ ਵੀ ਸਾਰਾ ਪੰਜਾਬ ਇਹਨੂੰ ਚਾਹੁੰਦਾ, ਸੋ ਲੋਕਾਂ ਨੇ ਸੋਚਿਆ ਵੀ ਚਲੋ ਬਾਕੀਆਂ ਨਾਲੋਂ ਸ਼ਾਇਦ ਇਹ ਚੰਗਾ ਹੋਊਗਾ। ਉਹ ਜਦੋਂ ਲੋਕਾਂ ਦੇ ਨੇ ਉਹਨੂੰ ਸਵੀਕਾਰ ਕਰ ਲਿਆ ਭਗਵੰਤ ਮਾਨ ਨੂੰ, ਉਹ ਤੋਂ ਬਾਅਦ 'ਚ ਉਹਨਾਂ ਨੇ ਭਗਵੰਤ ਮਾਨ ਨੂੰ ਜਿਹੜੀਆਂ ਉਹਦੇ ਕਮਜ਼ੋਰੀਆਂ ਵਾ ਉਹਨਾਂ ਨੂੰ ਆਪ ਪ੍ਰਤੱਖ ਰੂਪ 'ਚ ਅੱਗੇ ਜ਼ਾਹਰ ਕੀਤਾ। ਨਹੀਂ ਤਾਂ ਇੱਕ ਜਿਹੜਾ ਮੁੱਖ ਮੰਤਰੀ ਹੈ ਉਹਦੀ ਸਿਕਿਉਰਿਟੀ ਇੰਨੀ ਕਿਤੇ ਹੈਗੀ ਹੈ ਵੀ ਜੇ ਉਹ ਬੰਦਾ ਆਪਣੀ ਸੈਂਸ 'ਚ ਨਹੀਂ ਹੈਗਾ, ਜੇ ਉਹ ਬੰਦਾ ਸ਼ਰਾਬੀ ਹੈ ਤਾਂ ਉਸ ਅਵਸਥਾ 'ਚ ਉਹਨੂੰ ਕਿਸੇ ਵੀ ਪ੍ਰੋਗਰਾਮ 'ਚ ਨਾ ਦਿੱਤਾ ਜਾਣ ਦਿੱਤਾ ਜਾਵੇ, ਉਹਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਉਹਦੀ ਸਿਕਿਉਰਿਟੀ ਬਕਾਇਦਾ ਉਹਨੂੰ ਲੈ ਕੇ ਗਈ, ਬਕਾਇਦਾ ਮੀਡੀਆ ਕਵਰੇਜ ਹੋਈ ਅਤੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਡਿੱਗਦਾ ਫਿਰ ਰਿਹਾ ਹੈ ਨਾ। ਸੋ ਇੱਕ ਵੀਕ ਲੀਡਰ ਉਹਨਾਂ ਨੂੰ ਲੱਭਾ ਜਿਹਦੇ ਥਰੂ ਉਹ ਪੰਜਾਬ ਦੀ ਜਿਹੜੀ ਪ੍ਰਾਈਵੇਸੀ ਹੈ, ਪੰਜਾਬ ਦੀ ਜਿਹੜੀ ਇੱਕ ਲੀਡਰਸ਼ਿਪ ਹੈ, ਪੰਜਾਬ ਦੀ ਜਿਹੜੀ ਇੱਕ ਪੰਜਾਬ ਦੇ ਸਟੇਟ ਕੋਲ ਜਿਹੜੇ ਮਾੜੇ ਮੋਟੇ ਅਧਿਕਾਰ ਹੈ ਉਹਨਾਂ ਨੂੰ ਵੀ ਉਹਨਾਂ ਨੇ ਇਨਵੇਡ ਕਰ ਲਿਆ। ਹੁਣ ਸਾਨੂੰ ਇਹ ਵੇਖਣ ਦੀ ਲੋੜ ਹੈ ਵੀ ਜਿਹੜਾ ਨਵਾਂ MOU ਸਾਈਨ ਹੋਇਆ ਇਹਦਾ ਮਤਲਬ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ। ਅੰਡਰਸਟੈਂਡਿੰਗ ਤੋਂ ਭਾਵ ਇਹ ਹੈ ਵੀ ਸਟੇਟਸ ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਗੀਆਂ, ਇੱਕ ਦੂਜੇ ਦੇ ਸਟੇਟ ਦੇ ਆਫਿਸਰਸ ਜਿਹੜੇ ਆ ਉਹ ਇੱਕ ਦੂਜੇ ਦੀ ਥਾਂ 'ਤੇ ਜਾ ਕੇ ਵਰਕਸ਼ਾਪਾਂ ਇੱਕ ਦੂਜੇ ਨੂੰ ਸਲਾਹ ਦੇਣ ਜਾਂ ਉੱਥੇ ਕਾਰਵਾਈਆਂ ਵੀ ਕਰ ਸਕਣਗੇ। ਹੁਣ ਹੋਣਾ ਕੀ ਹੈ ਭਵਿੱਖ ਦੇ ਵਿੱਚ ਵੀ ਜਿਹੜੀ ਦਿੱਲੀ ਪੰਜਾਬ ਦੇ ਵਿੱਚ ਡਾਇਰੈਕਟਲੀ ਜਿਹੜਾ ਦਿੱਲੀ ਦੇ ਪੋਲੀਟੀਸ਼ੀਅਨਸ ਆਣ ਕੇ ਅਤੇ ਸਿਰ 'ਤੇ ਬਿਠਾਈ ਹੋਏ ਆ ਰਾਘਵ ਚੱਡੇ ਵਰਗੇ, ਜਿਹਨਾਂ ਦਾ ਕੋਈ ਲੈਣਾ ਦੇਣਾ ਪੰਜਾਬ 'ਚ, ਹੁਣ ਦਿੱਲੀ ਦੇ ਅਫਸਰ ਵੀ ਪੰਜਾਬ 'ਚ ਆਣ ਕੇ ਬੈਠਣਗੇ, ਉਹਦੇ ਨਾਲ ਹੋਊਗਾ ਕਿ ਵੀ ਜਿਹੜਾ ਪੰਜਾਬ ਦੀਆਂ ਪੋਲਿਸੀਆਂ ਨੇ ਜਿਨ੍ਹਾਂ ਨੇ ਪੰਜਾਬ, ਜਦੋਂ ਅਸੀਂ ਕਹਿੰਦੇ ਹਾਂ ਪੰਜਾਬ ਇੱਕ ਵਸਦਾ ਗੁਰਾਂ ਦੇ ਨਾਂ 'ਤੇ, ਹੁਣ ਦਿੱਲੀ ਦੇ ਲੋਕ ਇਸ ਗੱਲ 'ਚ ਯਕੀਨ ਨਹੀਂ ਕਰਦੇ, ਨਾ ਦਿੱਲੀ ਦੀ ਲੀਡਰਸ਼ਿਪ ਯਕੀਨ ਕਰਦੀ ਆ। ਸੋ ਜਿਹੜੀਆਂ ਵੀ ਪੋਲਿਸੀਆਂ ਬਣਾਉਣਗੇ ਉਹਨਾਂ 'ਚ ਇੱਕ ਗੱਲ ਪ੍ਰਮੁੱਖ ਹੋਊਗੀ ਵੀ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਤੋੜਨਗੇ, ਪੰਜਾਬ ਦੇ ਕਲਚਰ ਨਾਲੋਂ ਤੋੜਨਗੇ, ਹੈ ਪੰਜਾਬ ਦੇ ਧਰਮ ਨਾਲੋਂ ਤੋੜਨਗੇ। ਹੁਣ ਇਹਨਾਂ ਨੇ ਉਹ ਅਫਸਰ ਜਦੋਂ ਆਉਣਗੇ ਪੰਜਾਬ ਦੇ ਵਿੱਚ, ਇਹ ਕਹਿੰਦੇ ਆ ਵੀ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਪਹਿਲੀ ਗੱਲ, ਹਰ ਸਟੇਟ ਦੇ ਕੋਲ ਇੱਕ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਹੈ, ਕਿਉਂਕਿ ਸਟੇਟਾਂ ਯੂਨੀਅਨ ਆਫ ਸਟੇਟਸ ਹੁੰਦੀਆਂ ਨੇ, ਹੈ ਨਾ। ਸੋ ਹਰ ਸਟੇਟ ਨੇ ਆਪਣਾ ਅਧਿਕਾਰ ਪਹਿਲਾਂ ਵੇਖਣਾ, ਹਰ ਸਟੇਟ ਨੇ ਇਹ ਵੇਖਣਾ ਹੈ ਵੀ ਸਾਡੇ ਹੱਕ 'ਚ ਕੀ ਹੈ, ਸਾਡੀ ਸਟੇਟ ਦੇ ਹੱਕ 'ਚ ਕੀ ਹੈ, ਬਾਕੀ ਰਿਲੇਸ਼ਨਸ਼ਿਪ ਬਾਅਦ 'ਚ ਆ। ਇਸੇ ਕਰਕੇ ਬਾਈ ਦੀਪ ਹਮੇਸ਼ਾ ਇਹ ਕਹਿੰਦੇ ਸੀ ਵੀ ਜਿਹੜੀ ਜਿਹੜੀ ਸੈਂਟਰਲਾਈਜ਼ ਪਾਰਟੀਆਂ ਨੇ, ਜਿਹੜੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਨੇ, ਉਹ ਪਾਰਟੀਆਂ ਜਿਹੜੀਆਂ ਨੇ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ, ਕਿਉਂਕਿ ਉਹ ਪੰਜਾਬ ਦੇ ਜਦੋਂ ਇੰਟਰਸਟ ਖੜ੍ਹੇ ਹੋਣ ਦੀ ਗੱਲ ਆਉਂਦੀ ਉਹਨਾਂ 'ਤੇ ਸੈਂਟਰ ਦਾ ਪ੍ਰੈਸ਼ਰ ਪੈ ਜਾਂਦਾ। ਸੋ ਇਸ ਕਰਕੇ ਉਹ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ, ਇਹਨੇ ਪਿਛਲੇ ਲੰਮੇ ਸਮੇਂ ਤੋਂ ਇੱਕ ਬੜੀ ਅਪਰੋਚ ਅਪਣਾਈ ਹੈ, ਚਾਹੇ ਇਲੈਕਸ਼ਨ ਦੀ ਕੰਪੇਨ ਦੇਖ ਲਓ ਪੂਰੀ, ਉਸ ਪੂਰੀ ਕੰਪੇਨ ਦੇ ਵਿੱਚ ਇਹਨਾਂ ਨੇ ਪੋਲਰਾਈਜੇਸ਼ਨ ਕੀਤੀ ਹੈ, ਕਮਿਊਨਲ ਗੱਲਾਂ ਕੀਤੀਆਂ ਨੇ, ਇਹਨਾਂ ਨੇ ਕਿਹਾ ਹਿੰਦੂ ਖਤਰੇ 'ਚ ਹੈ, ਇਹਨਾਂ ਨੇ ਸ਼ਾਂਤੀ ਮਾਰਚ ਤੱਕ ਕੱਢਿਆ ਪੰਜਾਬ ਦੇ ਵਿੱਚ। ਹੁਣ ਰੀਸੈਂਟ ਘਟਨਾ ਵਾਪਰੀ ਆ ਉੱਥੇ ਦਿੱਲੀ ਦੇ ਵਿੱਚ, ਜਿੱਥੇ ਉੱਥੇ ਗੈਰ ਕਾਨੂੰਨੀ ਕੋਈ ਇਮਾਰਤਾਂ ਢਾਈਆਂ ਗਈਆਂ ਨੇ, ਕਲੋਨੀਆਂ ਅਤੇ ਮਸਜਿਦ ਵੀ ਸ਼ਾਇਦ, ਉਹਦੇ ਵਿੱਚ ਕੇਜਰੀਵਾਲ ਨੂੰ ਕਿਤੇ ਨਹੀਂ ਲੱਗਾ ਵੀ ਮੈਨੂੰ ਇੱਥੇ ਮਾਰਚ ਕਰਨਾ ਚਾਹੀਦਾ। ਫਿਰ ਵਾਰ ਵਾਰ ਸਾਡੇ 'ਤੇ ਇਹ ਗੱਲ ਥੋਪੀ ਜਾ ਰਹੀ ਹੈ ਵੀ ਤੁਸੀਂ ਦਿੱਲੀ ਦਾ ਮਾਡਲ ਜਿਹੜਾ ਹੈ ਉਹਦੀ ਉਹਨੂੰ ਸਵੀਕਾਰ ਕਰੋ, ਦਿੱਲੀ ਦਾ ਮਾਡਲ, ਦਿੱਲੀ ਦਾ ਮਾਡਲ। ਰਿਐਲਿਟੀ ਇਹ ਹੈ ਵੀ ਐਜੂਕੇਸ਼ਨ ਦੇ ਪੱਖ 'ਚ ਦਿੱਲੀ ਪੰਜਾਬ ਨਾਲੋਂ ਪਿੱਛੇ ਹੈ, ਜਿਹੜਾ ਡਾਟਾ ਇੰਡੀਅਨ ਗੌਰਮੈਂਟ ਦਾ ਹੈ ਨਾ, ਉਹਦੇ ਪੱਖ 'ਚ ਪੰਜਾਬ ਨਾਲੋਂ ਦਿੱਲੀ ਪਿੱਛੇ। ਹਾਲਾਂਕਿ ਪੰਜਾਬ ਬਹੁਤ ਮਾੜੇ ਹਾਲਾਤਾਂ 'ਚ ਹੋ ਸਕਦਾ ਕਿਉਂਕਿ ਸਰਕਾਰਾਂ ਪੰਜਾਬ 'ਚ ਕੰਮ ਨਹੀਂ ਕਰਦੀਆਂ,
पर जिहड़ा एक्चुअल डाटा कहिंदा वी दिल्ली पंजाब नूं वी पिछे है। सो फिर असीं दिल्ली दा मॉडल क्यों कापी करिए? दिल्ली एक बहुत छोटी स्टेट आ, छोटी स्टेट दे विच चेंजेस करने सौखे आ। पंजाब ते दिल्ली दा मॉडल कदे वी कॉपी पेस्ट नहीं किया जा सकता। एक सब तो वड्डी गनाह वाली गल जिहड़ी पिछले समय च हो रही है, पंजाब दे सारे MLA हिंदी च ट्वीट कर रहे ने, पंजाब दे सारे MLA हिंदी या अंग्रेजी च ट्वीट कर रहे हैं। कोई भी बंदा पंजाब दे MLA चो पंजाबी नूं भगवंत मान खास करके, तो इन्हों का मकसद यह है कहण दा, जस्टिफाई कहिंदे आ भी असीं देखो जी वध ऑडियंस तक पहुँचना चाहते हैं। पहली गल भगवंत मान जी, तुसीं पंजाब दे लीडर जो, तुहानूं लोकां ने पंजाब दा लीडर बनाया, पंजाब दा लीडर होण दे नाते तुहाडा फर्ज यह है भी तुसीं पंजाब दी गल करनी है, तुहाडी गल पंजाब दे लोकां नूं समझणी चाहीदी है, बाहरले नूं आवे जां ना आवे। सो तुहाडी पहली वफादारी पंजाब नूं होणी चाहीदी है। ਤੁਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਜਿਹੜੀਆਂ ਜਿਹੜੀ ਲੜਾਈ ਹੈ ਦਿੱਲੀ ਵਰਸਸ ਪੰਜਾਬ ਦੀ, ਸਾਡੀ ਕਲਚਰ ਦੀ, ਸਾਡੀ ਬੋਲੀ ਦੀ, ਸਾਡੇ ਪਾਣੀਆਂ ਦੀ, ਹੁਣ ਇਹਨਾਂ ਦਾ ਰਾਜ ਸਭਾ 'ਚ ਭੇਜਿਆ ਹੋਇਆ ਇੱਕ ਮੈਂਬਰ ਹਰਿਆਣੇ 'ਚ ਜਾ ਕੇ ਬਿਆਨ ਦਿੰਦਾ ਵੀ ਅਸੀਂ ਪੰਜਾਬ SYL ਦਾ ਪਾਣੀ ਹਰਿਆਣੇ ਨੂੰ ਦੇਵਾਂਗੇ। ਮਤਲਬ ਇੰਨੀ ਬੇਸ਼ਰਮੀ ਅਤੇ ਇੰਨੀ ਬਿਹਾਈ ਦੀ ਗੱਲ ਹੈ ਵੀ 92 ਇਹਨਾਂ ਦੇ ਕੋਲ MLA ਹੋਣ ਅਤੇ ਇੱਕ ਬੰਦੇ 'ਚ ਇੰਨੀ ਯੁਰਤ ਨਾ ਹੋਵੇ, ਇੱਕ ਬੰਦੇ ਦੀ ਰੀੜ ਦੀ ਹੱਡੀ ਇੰਨੀ ਕੰਮ ਨਾ ਕਰਦੀ ਹੋਵੇ ਵੀ ਉਸ ਬਿਆਨ ਦਾ ਇਹ ਵਿਰੋਧ ਕਰ ਦੇਣ ਵੀ ਭਾਈ ਇਹ ਜਿਹੜਾ ਬਿਆਨ ਤੁਸੀਂ ਦਿੱਤਾ ਹੈ ਇਹ ਪੰਜਾਬ ਦੇ ਹੱਕਾਂ ਦੇ ਖਿਲਾਫ਼ ਹੈ। ਜਦੋਂ ਇੰਟਰਨੈਸ਼ਨਲ ਔਰਗਨਾਈਜੇਸ਼ਨ ਜਿਹੜੀਆਂ ਨੇ, ਜਿਹੜੀਆਂ ਇਨਵਾਇਰਮੈਂਟ ਨੂੰ ਮੈਨੇਜ ਕਰਦੀਆਂ ਨੇ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਸਾਰੇ ਪਾਸੇ ਵੀ ਭਾਈ ਪੰਜਾਬ ਜਿਹੜਾ ਉਹ ਡੇਂਜਰ ਜ਼ੋਨ ਤੋਂ ਪਾਰ ਕਰ ਚੁੱਕਾ, ਉਸ ਡੇਂਜਰਸ ਜ਼ੋਨ ਤੋਂ ਪਾਰ ਕਰਨ ਦਾ ਕਰਕੇ ਪੰਜਾਬ ਕੋਲ ਪਾਣੀ ਨਹੀਂ ਹੈਗਾ ਅਤੇ ਇੱਥੇ ਜਿਹੜੀ ਖੇਤੀਬਾੜੀ ਦਾ ਮਾਡਲ ਹੈ ਉਹਨੂੰ ਰੀਡਿਫਾਈਨ ਕਰਨ ਦੀ ਲੋੜ ਹੈ ਪ੍ਰੋਪਰਲੀ। ਇੱਥੇ ਇਹੋ ਫਸਲੀ ਚੱਕਰ 'ਚੋਂ ਨਿਕਲਣਾ ਪੈਣਾ ਹੈ ਲੋਕਾਂ ਨੂੰ, ਪਰ ਉਹਦੇ ਲਈ ਬਸ਼ਰਤੇ ਕੋਈ ਕੰਮ ਕਰਨ ਦੀ ਬਜਾਏ ਜਾਂ ਪਾਣੀਆਂ ਦੀ ਗੱਲ ਕਰਨ ਦੀ ਬਜਾਏ ਰਿਪੇਰੀਅਨ ਲਾਅ ਨੂੰ ਮੁੱਖ ਰੱਖ ਕੇ ਪੰਜਾਬ ਲੰਬੇ ਸਮੇਂ ਤੋਂ ਸੈਂਟਰ ਦੇ ਵਿੱਚ ਦੂਜੇ ਸੂਬਿਆਂ ਦੇ ਖਿਲਾਫ਼ ਲੜ ਰਿਹਾ ਪਾਣੀਆਂ ਦੇ ਹੱਕਾਂ ਵਾਸਤੇ। ਇਹ ਬੰਦੇ ਪੰਜਾਬ ਦੇ ਜਿਹੜੇ ਮਾੜੇ ਮੋਟੇ ਬਚਦੇ ਹੱਕ ਆ, ਅੱਗੇ 50 ਕਿਲੋਮੀਟਰ ਦਾ ਏਰੀਆ BSF ਨੂੰ ਦੇਤਾ ਸੈਂਟਰ ਨੇ, ਹੁਣ ਇਹ ਸਰਕਾਰ 'ਚ ਆਏ ਆ ਅਤੇ ਇਹਨਾਂ ਨੇ ਸਾਰੇ ਦਾ ਸਾਰਾ ਜਿਹੜਾ ਗਵਰਨਮੈਂਟ ਕੰਟਰੋਲ ਆ ਉਹ ਚੱਕ ਕੇ ਦਿੱਲੀ ਨੂੰ ਦੇਤਾ। ਅਤੇ ਇੱਦਾਂ ਕਰਨਾ ਚਾਹੀਦਾ ਵੀ ਪੰਜਾਬ ਨੂੰ ਸਟੇਟ ਕਿੱਥੋਂ ਰਹਿਣ ਦੇਣਾ? ਤੁਸੀਂ ਪੰਜਾਬ ਨੂੰ ਇੱਕ ਯੂਨੀਅਨ ਟੈਰੀਟਰੀ ਘੋਸ਼ਿਤ ਕਰ ਦਿਓ, ਤੁਸੀਂ ਕਹਿ ਦਿਓ ਪੰਜਾਬ ਕੋਈ ਸੂਬਾ ਨਹੀਂ ਹੈਗਾ, ਯੂਨੀਅਨ ਟੈਰੀਟਰੀ ਆ, ਇੱਥੇ ਰਾਸ਼ਟਰਪਤੀ ਰਾਜ ਹੀ ਲਾ ਦਿਓ। ਸੋ ਇਨਡਾਇਰੈਕਟਲੀ ਜਿਹੜੇ ਪੰਜਾਬ ਦੇ ਉੱਤੇ ਤੁਸੀਂ ਇਹ ਕੰਮ ਕਰ ਰਹੇ ਜੋ, ਉਹਨਾਂ ਬੰਦਿਆਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੇ ਇਹ ਸਾਰਾ ਕੁਝ ਵਾਪਰ ਰਿਹਾ ਇਹਦੇ ਨਾਲ ਪੰਜਾਬ ਦਾ ਭਵਿੱਖ ਕੀ ਆ? ਭਗਵੰਤ ਮਾਨ ਦੀ ਅੱਜ ਕੁਰਸੀ ਬਚ ਸਕਦੀ ਹੈ ਪੰਜਾਬ ਦੀਆਂ ਨਾਲ ਇਹ ਧੱਕੇ ਕਰਕੇ, ਪਰ ਜੇ ਭਵਿੱਖ 'ਚ ਪੰਜਾਬ ਦੀ ਐਗਜ਼ਿਸਟੈਂਸ ਨਾ ਰਹੀ, ਪੰਜਾਬ ਦੀ ਹੋਂਦ ਹੀ ਨਾ ਰਹੀ, ਤਾਂ ਫਿਰ ਕੁਰਸੀਆਂ ਬਜਾ ਕੇ ਕੀ ਕਰਨਾ? ਫਿਰ ਤੁਸੀਂ ਕਿੱਥੇ ਬਣੋਗੇ? ਫਿਰ ਇਹ ਨਹੀਂ ਹੈਗਾ ਵੀ ਭਗਵੰਤ ਮਾਨ ਨੂੰ ਦਿੱਲੀ ਕੋਈ ਸੀਟ ਮਿਲ ਜੂਗੀ। ਸੋ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਵੀ ਇਹਨੂੰ ਲਾਈਟਲੀ ਨਾ ਲਿਆ ਜਾਵੇ ਇਸ ਮਸਲੇ ਨੂੰ। ਇਹ ਮਸਲਾ ਬਹੁਤ ਜ਼ਿਆਦਾ ਸੈਂਸਿਟਿਵ ਹੈ। ਜਿਹੜਾ ਇਨਫੋਰਮੇਸ਼ਨ ਦੀ ਗੱਲ ਹੈ, ਹਰ ਸਟੇਟ ਕੋਲ ਇੱਕ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੁੰਦੀ ਆ, ਉਹਦੇ ਕੇਸ ਲੜਦੀ ਆ ਸਟੇਟ, ਜਿਹੜੀ ਸੁਪਰੀਮ ਕੋਰਟ ਤੱਕ ਜਾਂਦੇ ਆ ਕੇਸ, ਉਹਨਾਂ ਦੀ ਸਟੇਟ ਦੇ ਆਪਣੇ ਵਕੀਲ ਹੁੰਦੇ ਆ, ਉਹਨਾਂ ਨੇ 100 ਤਰੀਕੇ ਨਾਲ ਸਟੇਟ ਨੂੰ ਰਿਪ੍ਰਜੈਂਟ ਕਰਨਾ ਹੁੰਦਾ। ਪਰ ਜੇ ਤੁਹਾਡੀਆਂ ਫਾਈਲਾਂ ਐਕਸਚੇਂਜ ਹੋ ਰਹੀਆਂ ਇੱਧਰ ਉੱਧਰ, ਫਿਰ ਸਟੇਟ ਕਿੱਦਾਂ ਕੇਸ ਲੜੂਗੀ? ਫਿਰ ਤਾਂ ਤੁਹਾਡੀ ਸਟੇਟ ਦੀਆਂ ਪਾਲਿਸੀਆਂ, ਹੁਣ SYL ਦਾ ਮੁੱਦਾ ਇਨ ਫਿਊਚਰ ਅਸੀਂ SYL ਦੇ ਮੁੱਦੇ 'ਤੇ ਤਿਆਰੀ ਕਰਨੀ ਹੋਵੇ ਐਜ਼ ਅ ਪੰਜਾਬੀ ਸਟੇਟ, ਪੰਜਾਬ ਸਟੇਟ, ਵੀ ਅਸੀਂ ਪਾਣੀ ਨੂੰ ਰੋਕਣਾ ਹੈ, ਹਰਿਆਣੇ ਵਾਲਿਆਂ ਦਾ ਇੰਟਰਸਟ ਹੋ ਸਕਦਾ ਵੀ ਉਹਨਾਂ ਪਾਣੀ ਲੈ ਕੇ ਜਾਣਾ, ਅਸੀਂ ਰੋਕਣਾ ਹੈ। ਸੋ ਦੋ ਸਟੇਟਾਂ ਹੈ, ਦਿੱਲੀ ਦਾ ਵੀ ਇੰਟਰਸਟ ਹੈ ਪਾਣੀ ਲੈ ਕੇ ਜਾਣਾ ਪੰਜਾਬ ਦੇ ਕੋਲੋਂ। ਸੋ ਦੋ ਸਟੇਟਾਂ ਦੇ ਵਿੱਚ ਇਹ ਕਨਫਲਿਕਟ ਹੈ। ਹੁਣ ਕਨਫਲਿਕਟ ਦੇ ਵਿੱਚ ਦੋ ਵਕੀਲ ਕਦੀ ਆਪਣੀਆਂ ਫਾਈਲਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ? ਇੱਕ ਬੰਦਾ ਦੋ ਵਕੀਲਾਂ ਦੇ ਵਿੱਚ ਆਪਸੀ ਲੜਾਈ ਚੱਲ ਰਹੀ ਹੋਵੇ, ਇੱਕ ਕਿਸੇ ਨੂੰ ਡਿਫੈਂਡ ਕਰ ਰਿਹਾ ਹੋਵੇ, ਇੱਕ ਕਿਸੇ ਨੂੰ ਪ੍ਰੋਸੀਕਿਊਟ ਕਰ ਰਿਹਾ ਹੋਵੇ, ਦੋਵਾਂ ਦੇ ਵਿੱਚ ਆਪਸੀ ਲੜਾਈ ਹੁੰਦੀ ਹੈ, ਤੁਸੀਂ ਕਦੀ ਸੁਣਿਆ ਵੀ ਦੋ ਵਕੀਲ ਆਪਣੀਆਂ ਫਾਈਲਾਂ ਇੱਕ ਦੂਜੇ ਨੂੰ ਫੜਾਉਂਦੇ ਨੇ, ਆਪਣੇ ਸੀਕਰੇਟ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ, ਉਹ ਕੋਰਟ ਦੇ ਵਿੱਚ ਫੈਸਲੇ ਹੁੰਦੇ ਨੇ, ਹੈ ਨਾ? ਸੋ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਪੈਣੀ ਆ ਪਿਆਰਿਓ, ਵੀ ਇਹ ਜਿਹੜਾ ਮਸਲਾ ਹੈ, ਇਹ ਮਸਲਾ ਪੰਜਾਬ ਦੇ ਜਿਹੜੇ ਮਾੜੇ ਮੋਟੇ ਅਧਿਕਾਰ ਬਚੇ ਨੇ ਉਹਨਾਂ ਦੇ ਉੱਤੇ ਵੀ ਇੱਕ ਅਖੀਰੀ ਹਮਲਾ ਸਾਬਤ ਹੋਊਗਾ। ਕਿਉਂਕਿ ਜੇ ਪੰਜਾਬ ਦੇ ਆਲਰੇਡੀ ਤੁਸੀਂ ਸਰਕਾਰੀ ਗੈਰ ਸਰਕਾਰੀ ਦਫ਼ਤਰਾਂ 'ਚ ਚਲੇ ਜਾਓ, ਤੁਸੀਂ ਜਿੱਥੇ ਚਲ ਜਾਓ ਉੱਥੇ ਤੁਹਾਨੂੰ ਪੰਜਾਬੀ ਬੰਦਾ ਸਿਕਿਉਰਿਟੀ ਗਾਰਡ 'ਤੇ ਮਿਲਦਾ ਪੱਗ ਬੰਨੀ, ਪਰ ਜਿਹੜੇ ਅੰਦਰ ਜਿੰਨੇ ਬੰਦੇ ਬੈਠੇ ਆ ਉਹ ਬੰਦੇ ਸਾਰੇ ਦੇ ਸਾਰੇ ਜਿਹੜੇ ਆ ਉਹ ਸਾਰੇ ਦੇ ਸਾਰੇ ਬੰਦੇ ਇਹਨਾਂ ਨੇ ਬਾਹਰੋਂ ਲਿਆ ਕੇ ਬਿਠਾ ਦਿੱਤੇ ਆ। ਇਹ ਜਿਹੜਾ ਮਹਿਕਮਾ ਨਵਾਂ ਖੋਲ੍ਹ ਰਹੇ ਨੇ ਉਹਦੇ ਵਿੱਚ ਇਹ ਭਰਤੀਆਂ ਬਾਹਰੋਂ ਕਰਾ ਰਹੇ ਨੇ। ਸੋ ਸਾਨੂੰ ਜੇ ਅਸੀਂ ਅੱਜ ਨਹੀਂ ਬੋਲਦੇ, ਜੇ ਅਸੀਂ ਅੱਜ ਇਸ 'ਤੇ ਕੋਈ ਕਾਰਵਾਈ ਨਹੀਂ ਕਰਦੇ, ਜੇ ਅੱਜ ਅਸੀਂ ਇਸ ਗਵਰਨਮੈਂਟ ਨੂੰ ਕੁਐਸਚਨ ਨਹੀਂ ਕਰਦੇ ਤਾਂ ਇਹ ਗੱਲ ਅਨਨੋਟਿਸ ਚਲੀ ਜਾਂਦੀ ਹੈ। ਤੁਸੀਂ ਇਹ ਸੋਚੋ ਵੀ ਫਿਰ ਦਿੱਲੀ ਜਿਹੜੀ ਆ ਉਹ ਪੰਜਾਬ ਨੂੰ ਰੂਲ ਕਰ ਰਹੀ ਹੈ, ਪਰ ਲੋਕਾਂ ਦੇ ਮਨ 'ਚ ਇਹ ਭੁਲੇਖਾ ਹੋਵੇ ਵੀ ਅਸੀਂ ਇੱਕ ਸਰਕਾਰ ਚੁਣ ਕੇ ਭੇਜੀ ਜਿਹੜੇ ਪੰਜਾਬ ਦਾ ਭਲਾ ਕਰੂਗੀ। ਸੋ ਪਿਛਲੇ ਇੱਕ ਮਹੀਨੇ ਦੇ ਵਿੱਚ ਇਹਨਾਂ ਨੇ 50 ਫੈਸਲੇ ਕੀਤੇ ਨੇ ਜਿਹੜੇ ਬਾਅਦ 'ਚ ਇਹਨਾਂ ਨੂੰ ਲੋਕਾਂ ਦੇ ਵਿਰੋਧ ਤੋਂ ਬਾਅਦ 'ਚ ਵਾਪਸ ਲੈਣੇ ਪਏ। ਇਹ ਉਹੀ ਕੰਮ ਹੋ ਰਿਹਾ ਜਿਹੜਾ ਕੰਮ ਕਿਸੇ ਵੇਲੇ ਇੰਦਰਾ ਗਾਂਧੀ ਇੱਥੇ ਆਪਣੀ ਮਰਜ਼ੀ ਦੇ ਲੀਡਰ ਲਾ ਕੇ ਕਰਾਉਂਦੀ ਸੀ ਬਰਨਾਲੇ ਵਰਗਿਆਂ ਨੂੰ, ਜਿਹੜਾ ਕੰਮ ਇੱਥੇ ਮਤਲਬ ਬਾਅਦ 'ਚ ਰਾਜੀਵ ਗਾਂਧੀ ਵਰਗੇ ਬੇਨਤੀ ਦੀ ਸਰਕਾਰ ਲਾ ਕੇ ਕਰਾਉਂਦੇ ਰਹੇ ਆ। ਸੋ ਉਹ ਕੰਮ ਇਹਨਾਂ ਨੇ ਫਿਰ ਕੀਤਾ, ਫਿਰ ਇਹਨਾਂ ਨੇ ਇੱਕ ਗੈਂਗਸਟਰ ਵਾਲਾ ਜਿਹੜਾ ਬਣਾਇਆ ਐਕਟ ਵੀ ਗੈਂਗਸਟਰਾਂ ਨੂੰ ਫੜਨਾ,
रियलिटी यह है भी पंजाब च गैंगस्टर्स की प्रॉब्लम बहुत घट है। यह वधा चढ़ा के क्यों पेश की जाती है कारण है जिहड़ा 1984 च की होया सी भी जदों 1980 तो लैके 84 तक का डाटा जो आप वेखीए अपना क्राइम का डाटा है ना उदो सारे देश से रौला पाया गया भी पंजाब दे विच वायलेंस बड़ी है। 80s तुसीं भी सुनिया होना भी पंजाब दे विच बहुत वायलेंस है। होया कि भी इन्होंने सारे नैरेटिव चलाता भी पंजाब से इन्नी क वायलेंस है भी जिहड़ा पंजाब च जांदा उह मुड़दा ही नहीं गा जिहदा नहीं मुड़दा। 1980 तो लैके 1984 अप्रैल तक 452 के करीब कतल होंदे ने पंजाब च, मतलब 4 सालों के 452 के करीब कतल होंदे ने। कंपैरेटिवली यूपी के 6000 तो उपर कतल होंदा है उन्हां 4 सालों के। पर फौज कित्थे भेजी जाती है? पंजाब दे विच कांड किन्ने लोगों का किया जाता है? सिखां दा। गुरुद्वारे किन्ने हमला होंदा है? सिख गुरु घर के हमला होंदा पंजाब दे विच। पंजाब च फिर वह कंट्रोल करके फौज के हवाले करके लम्मा कतलेआम पंजाब च सिख नौजवानों का शुरू किया जाता है जिन्हों पंजाब जो बेअंते के सौदे के नाल उहदा एंड होंदा। सो अज भी जो ये कहिंदे पंजाब च गैंगवार का बड़ा इशू है, इन्हों नूं कहो भी सानू डाटा दिओ, सानू डाटा पढ़ाओ भी कित्थे गैंगवार है, किन्नियां मौतां गैंगवार नाल हो रही हैं पंजाब दे विच। यूपी, बिहार, बॉम्बे, दिल्ली, इत्थे पंजाब नालों ज़्यादा गैंग वार है। उत्थे नहीं एक्ट बन रहे तुहाडे कोलों गैंगस्टरां दे खिलाफ? इन्हां ने गैंगस्टरां दा टारगेट करके हुण इक ग्रंथी सिंह नूं फड़ लिया है, कहिंदे भी इह अतवादी है, ते फड़िया किन्ने? ये कहिंदे भी बब्बर खालसा दा अतवादी है, ते फड़िया उन्होंने कह के जिहड़ी गैंगस्टरां वास्ते बनाई है। सो गैंगस्टरां वास्ते बनाई हुई जिहड़ी यूनिट है वह अतवादी फड़ रही है। हुण अतवादी जिन्हों मर्जी कह देणगे ना, इत्थे सबूत चलते हैं। जग्गी जौहल वर्गे नौजवान जिहड़े इन्हां जेलां च डके हुए ने, उन्हां दी ना कोई सबूत है, ना कोई सुनवाई है, ना उन्हां दे खिलाफ कोई केस है। 5-7 साल, 10 साल बंदे नूं खजल करके विछड़ देंदे ने भी हाँ जी जी साडे कोल सबूतों की घाट करके बंदा रिहा करना पै गया। सो अज भी सानू यह समझ लेना चाहिए भी असीं कहड़ी सिचुएशन चों गुजर रहे हैं। है जे असीं यह गल नहीं समझ पा रहे भी सानू जिस पासे वल धक्या जा रहा वा उस पासे साडे नौजवानों का भी कान होना है, उस पासे पंजाब दे जिहड़े माड़े मोटे कोई राइट बचे आ जिहड़े पंजाब दे विच इक वैसे ही सेफ्टी आ पंजाब दे विच इक कल्चरल सेफ्टी आपां कहिंदे आ भी जिहड़े साडे बच्चे जांदे आ स्कूलां दे विच जां बाहर तुरे फिरदे आ उन्हां नूं कल्चरली कोई इनफ्लुएंस नहीं कर रहा, हालांकि उह वी प्रोग्राम चला रही है स्टेट क्रिश्चियनिटी दे रूप च दूजे तीजे, पर फिर भी एक माड़ी मोटी जिहड़ी पंजाब दे विच इक औरा है सेफ्टी दा उहनूं खत्म करन दा करके जिहड़ी पंजाब दी पूरी अफसरशाही है उन्हां दी जां ते पंजाब दे अफसरां दी ट्रेनिंग उन्हां कोल होगी जां मेन अहुदियां ते जिहड़े अफसर आ उह बाहरों लिया के ला दिते जाणगे ते उन्हां बंदियां दा जिहड़ा इह आ भी पंजाब दे अखीरी मसले जिहड़े पंजाब दे हक आ पंजाब दे हक्कां दी कोई गल आ उह बंदे जिहड़े हक्कां दी गल करनगे उन्हां नूं टारगेट कीता जाऊगा। उहदे लई फिर इन्हां ने कानूनी रूप दे विच इहो जिहे एंटी जिहड़े अपना गैंगस्टर लॉ बनाए आ जिन्हां विच फिर इन्हां ने आ जा के सिख नौजवानां नूं ही मतलब टारगेट करना, होर तुसीं देखो कोई नौजवान नहीं होणा। इन्हां ने उहदे विच अतवादी कह कह के नौजवान जिहड़े उहनां दे मुकाबले बनाउणे शुरू कर देणे आ। सो आपां इस गल ते चतन होईए जिहड़ा MOU है जिहड़ा साइन कीता है विरोध करके सरकार दा, ते आपां नूं इह मजबूर करना चाहीदा पंजाब दी गौरमेंट नूं भी तुसीं वापस लो जिद्दां इन्हां ने बाकी फैसले वापस लए आ, इह लै लैणगे जे असीं इन्हां दा विरोध करांगे। जे असीं नहीं करदे विरोध इन्हां दा ते फिर इन्हां ने अज आह फैसला लिया है, फिर इह कल नूं क्योंकि भगवंत मान नूं समझ लो भी उह बंदा एग्जिस्ट नहीं कर रिहा, वह पंजाब ते जिहड़ी दिल्ली दे विच कंध बनना सी उहने उह दरवाजा बन गया। सो जिहड़े लीडर ने पंजाब दे विच रह के ते दिल्ली ते पंजाब दे विच कंध बनना सी ते पंजाब नूं दिल्ली दे हमलियां तों बचाउणा सी उस बंदे ने बूहे बार खोल के ते दिल्ली नूं कहा भी आ के जो मर्जी करो तुहाडी मर्जी है, उस बंदे दे नाल 24 घंटे रग चड्डे अरगे बंदे रहिंदे आ। हैना असीं इह काम करिए, असीं विरोध करिए, वध तों वध जिथे भी दर्ज करा सकदे आ विरोध उत्थे विरोध दर्ज कराइए। इह गल अननोटिस नहीं जानी चाहीदी, इस गल ते मीडिया हाइप बनी हुई है सारा कुछ आ, हुण उह तों ध्यान हटाउण वास्ते इन्हां ने कहता भी भगवंत मान नूं किसे ने मारन दी धमकी दित्ती है बंब नाल, इह सारियां गल्लां तुहाडा ध्यान भटकाउण वास्ते आ। इह गल्लां ते ध्यान ना दे के आपां नूं इह गल सोचनी चाहीदी है भी असीं जिहड़ा वा ना इस गल दा विरोध करिए ते पंजाब दे जिहड़े माड़े मोटे राइट आ उहनां नूं किते प्रोटैक्ट कर लईए। है ना, सो इनिया कि मैं बेनती करनियां सी। एक दो मेरे सवाल संगत दे एक आए सी भी एक दफ्तर दी गल कर रहे, देखो जी जथेबंदी वालों कोई दफ्तर बनाउण दा ऐलान नहीं कीता गया, वो जिन्हां ने कीता वा उन्हां नूं भी वारस पंजाब दा नां नहीं वरतना चाहीदा, वो अपना कोई दफ्तर बनाउण ते बनाउण जी सदके जथेबंदी ने जदों दफ्तर बनाउण दा ऐलान करांगे ते असीं जथेबंदी दे पेजां दे उत्तों जिहड़े ऑफिशियल पेज आ जथेबंदी दे वारस पंजाब दे उहनां तों ऐलान करांगे, क्योंकि असीं इह जिहड़ा नारा दित्ता जा रहा दीप सुध दे सुपनिआं दा दफ्तर, दीप सुध दा सुपना दफ्तर बनाउण दा नहीं हैगा, उहदा सुपना पंजाब दी आजादी है, पंजाब दी खुदमुख्तियारी आ, पंजाब नूं उहदे हक दिवाउण दा, ते पंजाब दे विच जिहड़ी 150-200 साल दी गुलामी है इहनूं खत्म करन दा।
ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਅਸੀਂ ਜਿਹੜਾ ਮਤਲਬ ਅਸੀਂ ਮਿਸ਼ਨ 'ਤੇ ਤੁਰੇ ਹਾਂ, ਜਿਹੜਾ ਸਾਡਾ ਕਾਰਜ ਹੈ, ਉਹ ਕਾਰਜ ਇੰਨੇ ਕੁ ਮਸਲਿਆਂ 'ਚ ਕਨਫਾਈਂਡ ਨਹੀਂ ਹੋ ਸਕਦਾ। ਸਾਨੂੰ ਜਥੇਬੰਦਕ ਰੂਪ ਦੇ ਵਿੱਚ ਸਾਡਾ ਮਿਸ਼ਨ ਪੰਜਾਬ ਦੀ ਅਖੀਰੀ ਮਿਸ਼ਨ ਸਾਡਾ ਇਹ ਆ ਵੀ ਪੰਜਾਬ ਨੂੰ ਆਜ਼ਾਦ ਕਰਾਉਣਾ, ਪੰਜਾਬ ਦੇ ਉੱਤੋਂ ਦਿੱਲੀ ਦਾ ਇਨਫਲੂਐਂਸ ਖਤਮ ਕਰਨਾ। ਸੋ ਸਾਡਾ ਅੱਜ ਜਿਵੇਂ ਪੰਜਾਬ 'ਤੇ ਹਮਲਾ ਹੈ ਦਿੱਲੀ ਦਾ, ਇਸ ਤਰੀਕੇ ਦੇ ਹਮਲਿਆਂ ਦੇ ਪ੍ਰਤੀ ਲੋਕਾਂ ਨੂੰ ਚੇਤੰਨ ਵੀ ਕਰਨਾ ਹੈ, ਲੋਕਾਂ ਨੂੰ ਲਾਮਬੰਦ ਵੀ ਕਰਨਾ ਹੈ, ਅਤੇ ਲੋਕਾਂ ਨੂੰ ਇਹ 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 ਦਰਸਾਉਣਾ ਵੀ ਹੈ ਵੀ ਜਿੰਨਾ ਚਿਰ ਅਸੀਂ ਪੰਜਾਬ ਦੇ ਵਿੱਚ ਇੱਕ ਪੰਥਕ ਲੀਡਰਸ਼ਿਪ ਨਹੀਂ ਖੜੀ ਕਰਦੇ। ਇਲੈਕਟੋਰਲ ਪੋਲੀਟਿਕਸ ਦੀ ਇਕੱਲੀ ਗੱਲ ਨਹੀਂ ਹੁੰਦੀ, ਜਿਹੜੀ ਵੈਸੇ ਪੋਲੀਟਿਕਸ ਆ, ਜਿਹੜੀ ਆਪਾਂ ਪ੍ਰੈਸ਼ਰ ਬਿਲਡ ਕਰਨਾ ਹੈ ਜਾਂ ਆਪਾਂ ਇਨਫਲੂਐਂਸ ਕਰਨਾ ਹੈ ਪੋਲੀਟਿਕਸ, ਪੋਲੀਟੀਕਲ ਧਿਰਾਂ ਨੂੰ, ਉਹਦੇ ਲਈ ਜਿੰਨਾ ਚਿਰ ਅਸੀਂ ਪੰਥਕ ਸਪਿਰਿਟ ਨਹੀਂ ਲੈ ਕੇ ਆਉਂਦੇ ਆਪਣੇ ਅੰਦਰ, ਜਿੰਨਾ ਚਿਰ ਅਸੀਂ ਧਰਮ ਨਾਲ ਨਹੀਂ ਜੁੜਦੇ, ਜਿੰਨਾ ਚਿਰ ਅਸੀਂ ਸਿੱਖੀ ਦੀ ਗੱਲ ਨਹੀਂ ਕਰਦੇ, ਜਿੰਨਾ ਚਿਰ ਅਸੀਂ ਸਿੱਖ ਸਿਧਾਂਤਾਂ 'ਤੇ ਨਹੀਂ ਚੱਲਦੇ, ਇਤਿਹਾਸ 'ਤੇ ਨਹੀਂ ਚੱਲਦੇ, ਜਾਂ ਅਸੀਂ ਆਪਣੇ ਸ਼ਹੀਦਾਂ 'ਤੇ ਕਹੇ ਹੋਏ ਬਚਨਾਂ 'ਤੇ ਨਹੀਂ ਚੱਲਦੇ, ਉਹਨਾਂ ਚਿਰ ਫਿਰ ਸਾਡੇ 'ਤੇ ਕੋਈ ਨਾ ਕੋਈ ਬੰਦਾ ਰੂਲ ਕਰੂਗਾ ਆ ਕੇ। ਹੁਣ ਇਹਨਾਂ ਨੇ ਦੇਖੋ ਕੀ ਸਾਬਤ ਕੀਤਾ ਹੈ, ਜਿਹੜੀ ਦਿੱਲੀ ਰੇਪ ਕੈਪੀਟਲ ਹੈ, ਜਿੱਥੇ ਤੁਸੀਂ ਅੱਧੀ ਰਾਤ ਚੱਲ ਜਾਓ ਅਤੇ ਅੱਧੀ ਦਿੱਲੀ ਸੜਕਾਂ 'ਤੇ ਸੁੱਤੀ ਹੁੰਦੀ ਹੈ, ਜਿੱਥੇ ਜਦੋਂ ਕੋਵਿਡ ਹੋਇਆ ਅਤੇ ਉੱਥੇ ਮਰੀਜ਼ਾਂ ਦੇ ਕੀ ਹਾਲ ਹੋਏ, ਜਿਹੜੇ ਬਿਹਾਰੀ ਆਉਂਦੇ ਸੀ ਮਰੀਜ਼ ਉੱਥੋਂ, ਹੈ ਨਾ, ਉਹ ਬੰਦਿਆਂ ਨੇ ਇਹ ਸਾਬਤ ਕਰ ਦਿੱਤਾ ਵੀ ਪੰਜਾਬ ਦੇ ਵਿੱਚ ਕੋਈ ਕੰਮ ਦਾ ਬੰਦਾ ਨਹੀਂ, ਇਸ ਕਰਕੇ ਸਾਡੀ ਦਿੱਲੀ ਦੀ ਜਿਹੜੀ ਅਫਸਰਸ਼ਾਹੀ ਆ ਉਹ ਆਣ ਕੇ ਪੰਜਾਬ ਦੇ ਲੋਕਾਂ ਨੂੰ ਸਿਖਾਊਗੀ। ਸੋ ਇਹਨਾਂ ਨੇ ਉਹੀ ਗੱਲ ਕੀਤੀ ਜਿਹੜੀ ਅੰਗਰੇਜ਼ਾਂ ਨੇ ਕੀਤੀ ਸੀ, ਪੰਜਾਬ ਦੇ ਉੱਤੇ ਕਬਜ਼ਾ ਕਰਕੇ ਇਹ ਸਾਬਤ ਕੀਤਾ ਸੀ ਵੀ ਤੁਸੀਂ ਰਾਜ ਕਰਨ ਦੇ ਲਾਇਕ ਨਹੀਂ ਹੈਗੇ। ਇਹਨਾਂ ਨੂੰ ਭਗਵੰਤ ਮਾਨ ਅਰਗੇ ਅਤੇ ਉਦੋਂ ਡੋਗਰਿਆਂ ਅਰਗੇ ਜਿਹੜੇ ਲੀਡਰ ਸੀ ਉਹ ਮਿਲ ਜਾਂਦੇ ਆ ਹੱਥ ਠੋਕੇ ਬਣਨ ਨੂੰ, ਅਤੇ ਉਹਨਾਂ ਦੇ ਜ਼ਰੀਏ ਇਹ ਬੰਦੇ ਫਿਰ ਪੰਜਾਬ ਦੇ ਉੱਤੇ ਰਾਜ ਕਰਦੇ ਆ। ਸੋ ਮੇਰੀ ਬੇਨਤੀ ਹੈ, ਮੈਂ ਵਾਰ ਵਾਰ ਇਹ ਗੱਲ ਕਹਿ ਰਿਹਾ, ਹਾਂਜੀ ਪੌਜ਼ ਹੋ ਗਿਆ ਸੀ, ਅਤੇ ਜਿਹੜੀ ਮੈਂ ਅੱਗੇ ਦਫ਼ਤਰ ਦੀ ਗੱਲ ਕੀਤੀ ਹੈ, ਜਥੇਬੰਦੀ ਵੱਲੋਂ ਕੋਈ ਦਫ਼ਤਰ ਨਹੀਂ ਖੋਲ੍ਹਣ ਦਾ ਐਲਾਨ ਹੋਇਆ। ਅਸੀਂ ਹਾਂ ਜ਼ਿਲ੍ਹੇ ਪ੍ਰਧਾਨਾਂ ਦਾ ਜ਼ਰੂਰ ਕੀਤਾ, ਜ਼ਿਲ੍ਹਿਆਂ ਦੀ ਡਿਊਟੀ ਸੌਂਪਣੀ ਹੈ ਸਾਰੇ ਬੰਦਿਆਂ ਨੂੰ, ਉਹ ਜ਼ਿਲ੍ਹਿਆਂ ਦੀ ਡਿਊਟੀ ਜਿਹੜੀ ਆ ਉਹ ਸੌਂਪ ਕੇ ਅਤੇ ਉਹਨਾਂ ਬੰਦਿਆਂ ਨੂੰ ਫਿਰ ਅੱਗੇ ਕਾਰਜ ਜਿਹੜੇ ਦੱਸਣੇ ਆ ਵੀ ਪੰਜਾਬ ਦੇ ਵਿੱਚ ਕਿਵੇਂ ਲੋਕਾਂ ਨੂੰ ਚੇਤੰਨ ਕਰਨਾ, ਕਿਵੇਂ ਅਵੇਅਰ ਕਰਨਾ, ਕਿਵੇਂ ਪਿੰਡਾਂ ਦੇ ਵਿੱਚ ਵਰਕਸ਼ਾਪਾਂ ਲਾਉਣੀਆਂ ਨੇ, ਕਿਵੇਂ ਸਕੂਲਿੰਗ ਸਿਸਟਮ ਖੜ੍ਹਾ ਕਰਨਾ, ਕਿਵੇਂ ਦੂਜਾ ਉਹਦੇ 'ਚ ਆਪਣਾ ਹੈਲਥ ਸਿਸਟਮ ਖੜਾ ਕਰਨਾ ਹੈ, ਜਾਂ ਬੈਂਕਿੰਗ ਸਿਸਟਮ ਅਲਟਰਨੇਟਿਵ ਕਿਵੇਂ ਖੜੇ ਕਰਨੇ, ਉਹਦੀਆਂ ਡਿਸਕਸ਼ਨ ਪਹਿਲਾਂ ਕੀਤੀ ਸੀ ਪਰ ਉਹ ਡਿਟੇਲ 'ਚ ਆਪਾਂ ਜਾਵਾਂਗੇ। ਫਿਲਹਾਲ ਇਹ ਸਿਰਫ ਮੈਂ ਇਨਫੋਰਮੇਸ਼ਨ ਦੇਣੀ ਅਫੀਸ਼ੀਅਲ ਇਨਫੋਰਮੇਸ਼ਨ ਜਥੇਬੰਦੀ ਵੱਲੋਂ ਵੀ ਅਸੀਂ ਕਿਸੇ ਕਿਸਮ ਦਾ ਦਫ਼ਤਰ ਨਹੀਂ ਖੋਲ੍ਹ ਰਹੇ। ਇਹ ਜਿਹੜੇ ਬੰਦੇ ਜਥੇਬੰਦੀ ਨੂੰ ਢਾਹ ਲਾਉਣਾ ਚਾਹੁੰਦੇ ਨੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਹੈ, ਉਹ ਬੰਦੇ ਜਿਹੜੇ ਆ ਇਹੋ ਜਿਹੇ ਐਲਾਨ ਕਰਦੇ ਫਿਰਦੇ ਨੇ, ਉਹ ਨਾਲ ਇੱਕ ਦੋ ਟਰੱਸਟ ਦੇ ਨਾਂ ਲਿਖੀ ਫਿਰਦੇ ਨੇ, ਵਿੱਚ ਦੀਪ ਸਿੱਧੂ ਵਾਰਸ ਪੰਜਾਬ ਦੇ ਦੀਪ ਸਿੱਧੂ ਟੀਮ ਲਿਖੀ ਫਿਰਦੇ ਨੇ, ਹੈ ਨਾ। ਸੋ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਵੀ ਜਿਹੜਾ ਉਹਨਾਂ ਕੋਲ ਕੰਮ ਕਰਨਾ ਉਹ ਆਪਣੇ ਬਲਬੂਤੇ 'ਤੇ ਕਰਨ, ਜਥੇਬੰਦੀ ਦਾ ਨਾਂ ਨਾ ਵਰਤਣ ਇਸ ਪ੍ਰੋਜੈਕਟ ਵਾਸਤੇ, ਜਾਂ ਕਿਸੇ ਵਾਸਤੇ ਕਿਸੇ ਨੂੰ ਕੋਈ ਪੈਸਾ ਵਾ ਨਾ ਦਿੱਤਾ ਜਾਵੇ। ਨਾ ਜਥੇਬੰਦੀ ਨੇ ਅੱਜ ਤੱਕ ਕਿਸੇ ਕੋਲ ਪੈਸਾ ਲਿਆ ਹੈ, ਨਾ ਅਸੀਂ ਜਿੱਦਣ ਲਵਾਂਗੇ ਅਸੀਂ ਓਫੀਸ਼ਲੀ ਕੋਈ ਪ੍ਰੋਜੈਕਟ ਸ਼ੁਰੂ ਕਰਾਂਗੇ ਅਤੇ ਉਹਦੇ ਲਈ ਸੰਗਤਾਂ ਨਾਲ ਗੱਲਬਾਤ ਕਰਕੇ ਸੰਗਤਾਂ ਦੀ ਰਾਏ ਜਾਣ ਕੇ ਉਦਣ ਅਸੀਂ ਸੰਗਤਾਂ ਨੂੰ ਕਹਾਂਗੇ ਵੀ ਹਾਂ ਸਾਨੂੰ ਅੱਜ ਲੋੜ ਹੈ। ਅਜੇ ਤੱਕ ਅਸੀਂ ਕੋਈ ਪੈਸਾ ਨਹੀਂ ਲਿਆ, ਕੋਈ ਦਫ਼ਤਰ ਖੋਲ੍ਹਣ ਵਾਸਤੇ ਕੋਈ ਨਹੀਂ ਲਿਆ, ਜਾਂ ਕਿਸੇ ਚੀਜ਼ ਵਾਸਤੇ ਕੋਈ ਪੈਸਾ ਨਹੀਂ ਲਿਆ, ਕਿਉਂਕਿ ਸਾਨੂੰ ਦੇਖੋ ਆਪਣੀ ਪੋਜੀਸ਼ਨ ਕਲੀਅਰ ਕਰਨੀ ਪੈਣੀ ਹੈ। ਅਸੀਂ ਉਹਨਾਂ ਨੂੰ ਵਧਾਈ ਜ਼ਰੂਰ ਦੇਵਾਂਗੇ ਵੀ ਤੁਸੀਂ ਜੀ ਸਦ ਕੇ ਦਫ਼ਤਰ ਖੋਲ੍ਹੋ, ਆਪਣੇ ਕੰਮ ਕਰੋ, ਪੰਥ ਦੇ ਹਿੱਤਾਂ ਲਈ ਲੜਾਈ ਕਰੋ, ਲੜੋ ਅਤੇ ਕੋਈ ਨਹੀਂ ਤੁਹਾਡੀ ਵੀ ਸਪੋਰਟ ਕਰਾਂਗੇ, ਪਰ ਜਥੇਬੰਦੀ ਦਾ ਨਾਂ ਵਰਤ ਕੇ ਨਾ ਇਹ ਕੰਮ ਕੀਤਾ ਜਾਵੇ, ਅਤੇ ਜਿਹੜਾ ਕੰਮ ਕਰਨਾ ਜਿਹਨੇ ਆਪਣੇ ਬਲਬੂਤੇ 'ਤੇ ਕਰੇ, ਅਤੇ ਕੋਈ ਵੀ ਸੰਗਤ 'ਚੋਂ ਜਥੇਬੰਦੀ ਦੇ ਨਾਂ 'ਤੇ ਪੈਸਾ ਨਾ ਦੇਵੇ। ਇੰਡੀਵਿਜੁਅਲੀ ਜਿਹਨੂੰ ਦੇਣਾ ਤੁਹਾਡਾ ਮਨ ਕਰਦਾ ਦਿਓ, ਤੁਹਾਡਾ ਆਪਣਾ ਦਸਵੰਧ ਹੈ, ਤੁਸੀਂ ਜਿੱਤੇ ਵਰਤਣਾ ਵਰਤ ਸਕਦੇ ਜੋ, ਜਥੇਬੰਦੀ ਦੇ ਨਾਂ ਦੇ ਉੱਤੇ ਕਿਸੇ ਨੂੰ ਕੁਛ ਨਾ ਦਿੱਤਾ ਜਾਵੇ। ਅੱਜ ਜਿਹੜਾ ਇੱਕ ਐਲਾਨ ਕੀਤਾ ਸੀ ਸਿੰਘ ਗੁਰਪ੍ਰੀਤ ਸਿੰਘ ਜਿਹੜੇ ਨੌਜਵਾਨ ਨੇ ਤਰਨ ਤਾਰਨ ਸਾਹਿਬ ਤੋਂ, ਪਹਿਲਾ ਐਲਾਨ ਸੀ ਜ਼ਿਲ੍ਹੇ ਪ੍ਰਧਾਨਾਂ ਦੇ ਵਿੱਚ ਉਹਨਾਂ ਨੂੰ ਬਣਾਇਆ ਗਿਆ, ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ, ਉਹਨਾਂ ਨੂੰ ਮਤਲਬ ਬਹੁਤ ਬਹੁਤ ਮੁਬਾਰਕਾਂ ਵੀ ਮੇਰੇ ਵੱਲੋਂ, ਅਤੇ ਜਿਹੜੀ ਸੇਵਾ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਅਤੇ ਉਹਦੇ 'ਤੇ ਉਹ ਪੂਰੀ ਤਨਦੇਹੀ ਨਾਲ ਨਿਭਣ, ਜਿਹੜਾ ਸਾਡਾ ਨਾਰਾ ਹੈ ਜਥੇਬੰਦੀ ਦਾ ਹਮਰ ਆਖਤ ਪਾਤਸ਼ਾਹੀ ਦਾਵਾ, ਉਹ ਪਾਤਸ਼ਾਹੀ ਦਾਅਵੇ ਦੀ ਪ੍ਰਾਪਤੀ ਵਾਸਤੇ ਇਹ ਜਿਹੜੇ ਆ ਸਾਡੇ ਜਿਹੜੇ ਸਿੰਘ ਆ ਉਹ ਸੇਵਾ ਕਰ ਸਕਣ। ਇੰਨੀਆਂ ਕੁ ਮੇਰੀਆਂ ਬੇਨਤੀਆਂ ਸੀ, ਜੇ ਕੋਈ ਬੋਲਦਿਆਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਉਹਦੇ ਲਈ ਖਿਮਾ ਦਾ ਜਾ ਚੁੱਕੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।